ਪੜੋ ਪੰਜਾਬ ਪੜਾਓ ਪੰਜਾਬ ਮਿਸ਼ਨ ਹੇਠ ਚੱਲੀ ਮਿਸ਼ਾਲ ਯਾਤਰਾ ਦੇ ਮੋਗਾ ਵਿਖੇ ਪਹੁੰਚਣ ਤੋਂ ਬਾਅਦ ਹਲਕੇ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦਰਸ਼ਨ ਸਿੰਘ ਅਤੇ ਸੁਖਦੇਵ ਸਿੰਘ ਦੁਆਰਾ ਰੈਲੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਦੱਸਿਆ ਕਿ ਹੁਣ ਸਰਕਾਰੀ ਸਕੂਲਾਂ ਵਿੱਚ 3 ਸਾਲ ਦੇ ਬੱਚਿਆਂ ਦਾ ਦਾਖਲਾ ਸ਼ੁਰੂ ਹੋ ਗਿਆ। ਬੜਾ ਵੱਡਾ ਫੈਸਲਾ ਲਿਆ ਗਿਆ। ਜਿਹੜੇ ਬੱਚੇ ਆਂਗਨਵਾੜੀਆਂ ਦੇ ਵਿੱਚ ਕੱਲਾ ਰਾਸ਼ਨ ਖਾ ਕੇ ਆ ਜਾਂਦੇ ਸੀ, ਔਰ ਉਹ ਪ੍ਰਾਈਵੇਟ ਸਕੂਲਾਂ 'ਚ ਇਸ ਕਰਕੇ ਬੱਚਿਆਂ ਦੀ ਗਿਣਤੀ ਵੱਧ ਜਾਂਦੀ ਸੀ ਕਿਉਂਕਿ ਛੋਟੇ ਬੱਚਿਆਂ ਨੂੰ ਮਾਂ ਪਿਓ ਚਾਹੁੰਦੇ ਸੀਗੇ ਕਿ ਸਿੱਖਿਆ ਮਿਲ ਜਾਵੇ। ਸੋ ਇਹ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ। ਬੱਚਿਆਂ ਨੂੰ ਜਿਹੜੇ ਆਂਗਨਵਾੜੀ ਵਾਲੇ ਆ ਉਹਨਾਂ ਨੂੰ ਵੀ ਅੱਜ ਅਸੀਂ ਛੋਟੇ ਬੱਚਿਆਂ ਨੂੰ 3 ਸਾਲ ਤੋਂ ਸਿੱਖਿਆ ਦੇਣੀ ਸ਼ੁਰੂ ਕਰਾਂਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਮਿਸ਼ਾਲ ਯਾਤਰਾ ਦਾ ਮੰਤਵ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸੰਖਿਆ ਵਧਾਉਣਾ ਹੈ। ਸਰ, ਪੜੋ ਪੰਜਾਬ ਦਾ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ। ਜੋ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਘੱਟ ਰਹੀ ਆ, ਉਸ ਨੂੰ ਵਧਾਉਣ ਵਾਸਤੇ ਵਿਸ਼ਾਲ ਮਾਰਚ ਪਿੰਡਾਂ ਵਿੱਚ ਕੀਤਾ ਜਾ ਰਿਹਾ, ਕਿਉਂਕਿ ਸਾਡੇ ਕੋਲ ਅਧਿਆਪਕ ਬਹੁਤ ਕੁਆਲੀਫਾਈਡ ਆ। ਪਤਾ ਨਹੀਂ ਸਾਡੇ ਲੋਕਾਂ ਦਾ ਕਿਉਂ ਰੁਝਾਨ ਉੱਧਰ ਚੱਲਿਆ ਹੋਇਆ ਕਿ ਸਾਡੇ ਬੱਚਿਆਂ ਦੇ ਟਾਈ ਲੱਗਣੀ ਚਾਹੀਦੀ ਹੈ। ਅਸੀਂ ਜੱਦੋ ਜਹਿਦ ਕਰ ਰਹੇ ਹਾਂ ਵੀ ਅੱਗੇ ਬੱਚੇ 3 ਸਾਲ ਤੱਕ ਘਰ ਰਹਿੰਦੇ ਸੀ, ਹੁਣ ਉਹ ਅਸੀਂ ਬੱਚੇ UK ਦੇ ਵਿੱਚ LKG ਦੇ ਵਿੱਚ ਦਾਖਲ ਕਰ ਰਹੇ ਹਾਂ, ਨਰਸਰੀ ਦਾਖਲ ਕਰ ਰਹੇ ਹਾਂ, ਉਹਦੇ ਨਾਲ ਸਾਡੇ ਸਕੂਲਾਂ ਦਾ ਦਾਖਲਾ ਲਾਜ਼ਮੀ ਹੋ ਰਿਹਾ। ਜ਼ਿਕਰਯੋਗ ਹੈ ਕਿ ਹੁਣ ਸਰਕਾਰੀ ਸਕੂਲਾਂ ਵਿੱਚ 3 ਸਾਲ ਦੇ ਬੱਚੇ ਦਾ ਦਾਖਲਾ ਸ਼ੁਰੂ ਹੋਣ ਨਾਲ ਬੱਚੇ ਦੀ LKG, UKG ਅਤੇ ਨਰਸਰੀ ਦੀ ਸਿੱਖਿਆ ਵੀ ਮਿਲੇਗੀ, ਜੋ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਸਹਾਇਕ ਜ਼ਰੂਰ ਹੋਏਗੀ। ਮੋਗਾ ਤੋਂ ਸੂਰਜ ਜੈਨ ਦੀ ਰਿਪੋਰਟ।